ਬਹੁਤ ਮੁਬਾਰਕ ਹੈ ਤਨਮਾ ਜੀਤੋ ਜੀ ਦੇ ਲਾਲ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਤਨ ਬਾਬਾ ਫਤਿਹ ਸਿੰਘ ਜੀ ਦੇ ਆਗਮਨ ਦਿਹਾੜੇ ਦੇ ਮੈਂ ਸਿਰਫ ਦੋ ਸਨੇਹ ਆਪ ਜੀ ਨੂੰ ਦੇਣੇ ਨੇ ਆਪ ਜੀ ਨੂੰ ਕਥਾ ਸਿੱਖ ਕੌਮ ਦੇ ਸ਼੍ਰੋਮਣੀ ਕਥਾਵਾਚਨ ਆਦਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸਰਵਣ ਕਰਾਉਣਗੇ ਜਿਹੜੀ ਲੜੀ ਚੱਲਦੀ ਆ ਰਹੀ ਹੈ ਪਰਸੋਂ ਸ੍ਰੀ ਚਮਕੌਰ ਸਾਹਿਬ ਸਮਾਗਮ ਸੀ ਕੱਲ ਸ੍ਰੀ ਮਾਸੀਵਾੜਾ ਸਾਹਿਬ ਸਮਾਗਮ ਸੀ ਅੱਜ ਫਤੇਗੜ ਸਾਹਿਬ ਸਮਾਗਮ ਹੈ ਤੇ ਕੱਲ ਨੂੰ ਗੁਰਦੁਆਰਾ ਜੋਤੀ ਸੂਪ ਸਾਹਿਬ ਵਿਖੇ ਖਾਸ ਕਰਕੇ ਜਿਹੜੀਆਂ ਸੰਗਤਾਂ ਨੇ ਸਾਲ ਭਰ ਸਹਿਜ ਬਾਣ ਕੀਤੇ ਨੇ ਉਹਨਾਂ ਦੀ ਸੰਪੂਰਨਤਾ ਹੋਣੀ ਹੈ ਸੋ ਕਥਾ ਦੀ ਲੜੀ ਦੇ ਨਾਲ ਜਿਹੜਾ ਰਾਸ ਤੁਹਾਡਾ ਬਣਿਆ ਹੋਇਆ ਮੈਂ ਉਹਦੇ ਵਿੱਚ ਆਪਣਾ ਦਖਲ ਨਹੀਂ ਦੇਵਾਂਗਾ ਉਹ ਲੜੀ ਉਦਾਂ ਹੀ ਚਲੇਗੀ ਸਿਰਫ ਮੇਰੀਆਂ ਦੋ ਬੇਨਤੀਆਂ ਨੇ ਤੁਹਾਡੇ ਚਰਨਾਂ ਵਿੱਚ ਪਹਿਲੀ ਬੇਨਤੀ ਤੇ ਗੁਰੂ ਕੇ ਪਿਆਰੇ ਸਿੱਖੋ ਆਪ ਜੀ ਨੂੰ ਹੁਣੇ ਸਟੇਜ ਦੀ ਸੇਵਾ ਨਿਭਾਉਂਦੇ ਭਾਈ ਸਾਹਿਬ ਕਹਿ ਰਹੇ ਸੀ ਕਿ ਬਾਬਾ ਫਤਿਹ ਸਿੰਘ ਜੀ ਨੇ ਇੱਕ ਸੁਨੇਹਾ ਦਿੱਤਾ ਜਦੋਂ ਉਹਨਾਂ ਨੂੰ ਸਭ ਨੇ ਕਿਹਾ ਕਿ ਤੁਸੀਂ ਛੋਟੀ ਉਮਰ ਦੇ ਹੋ ਤੁਹਾਡਾ ਵजूद ਤੁਹਾਡੀ ਕਾਇਆ ਬਰਸ਼ੇ ਤੇ ਨੇਜ਼ੇ ਨਾਲੋਂ ਛੋਟੀ ਹੈ ਇਸ ਵਾਸਤੇ ਤੁਸੀਂ ਅਜੇ ਜੰਗੀ ਅਭਿਆਸ ਨਾ ਕਰੋ। ਬਾਬਾ ਜੀ ਕਹਿੰਦੇ ਨੇ ਕਿ ਮੈਂ ਵੀ ਜ਼ੁਲਮ ਦੇ ਵਿਰੋਧ ਜੂਜਣਾ ਹੈ, ਜ਼ੁਲਮ ਦੇ ਨਾਲ ਟੱਕਰ ਲੈਣੀ ਹੈ। ਵੱਡੇ ਵੀਰਾਂ ਨੇ ਕਿਹਾ, ਸਭ ਨੇ ਕਿਹਾ ਕਿ ਬਰਸ਼ੇ ਵੱਡੇ ਨੇ, ਤੁਸੀਂ ਛੋਟੇ ਹੋ। ਤੇ ਸਾਨੂੰ ਪਤਾ ਅਸੀਂ ਗਾਥਾ ਸੁਣੀ ਹੋਈ ਹੈ। ਬਾਬਾ ਫਤਿਹ ਸਿੰਘ ਜੀ ਭੱਜ ਕੇ ਕਮਰੇ ਵਿੱਚ ਜਾਂਦੇ ਨੇ। ਸਿਰ ਦੇ ਉੱਤੇ ਵੱਡੀ ਦਸਤਾਰ ਸਜਾ ਕੇ ਜਿੱਥੋਂ ਤੱਕ ਬਾਹਾਂ ਪਹੁੰਚ ਸਕਦੀਆਂ ਸਨ। ਤੇ ਇੱਕ ਸੁਨੇਹਾ ਦਿੰਦੇ ਨੇ ਜਿਹੜਾ ਕੇਵਲ ਗੁਰੂ ਪਿਤਾ ਜੀ ਨੂੰ ਨਹੀਂ ਆ ਕੇ ਆਖਿਆ ਸਾਨੂੰ ਸਾਰਿਆਂ ਨੂੰ ਹੀ ਦੱਸ ਦਿੱਤਾ ਕਿ ਵੇਖੋ ਸੀਸ ਤੇ ਦਸਤਾਰਾ ਸਜ ਗਿਆ ਤੇ ਕਿੱਡਾ ਵੱਡਾ ਹੋ ਗਿਆ ਮਹਾਰਾਜ ਨੇ ਗੱਲ ਨਾ ਲਾ ਕੇ ਕਿਹਾ ਸੀ ਹਾਂ ਫਤਿਹ ਸਿੰਘ ਤੂੰ ਐਡਾ ਵੱਡਾ ਹੋ ਗਿਆ ਕਿ ਸਾਰੇ ਤੈਨੂੰ ਬਾਬਾ ਜੀ ਕਹਿ ਕੇ ਬੁਲਾਇਆ ਕਰਨਗੇ ਐਡੇ ਵੱਡੇ ਹੋ ਗਏ ਤੇ ਸਾਨੂੰ ਉਹਨਾਂ ਨੇ ਦੱਸਿਆ ਵੀ ਗੁਰਸਿੱਖੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਸਾਡੇ ਸੀਸ ਤੇ ਆ ਜਾਂਦਾ ਫਿਰ ਅਸੀਂ ਵੱਡੇ ਹੋ ਜਾਂਦੇ ਹਾਂ ਪਾਵੇਂ ਉਮਰਾਂ ਪੌਣੇ 7 ਸਾਲ ਦੀਆਂ ਹੀ ਹੋਣ ਫਿਰ ਅਸੀਂ ਗੈਰ ਗੰਭੀਰਤਾ ਵਿੱਚ ਸੰਜੀਦਗੀ ਵਿੱਚ ਕਿਉਂਕਿ ਫਿਰ ਸਾਡੇ ਨਾਂ ਨਾਲ ਜੁੜਨ ਲੱਗ ਪੈਂਦਾ ਸਾਡੇ ਸਿਰ ਤੇ ਤਾਜ ਦੇਖ ਕੇ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਰਾਜਕੁਮਾਰ ਹੈ ਇਹ ਅਹਿਸਾਸ ਜ਼ਰੂਰ ਜਗਾਇਓ ਕਿ ਅਸੀਂ ਵੱਡੇ ਹੋ ਜਾਂਦੇ ਹਾਂ ਮੇਰੀ ਇੱਕ ਬੇਨਤੀ ਹੈ ਗੁਰੂ ਕੋ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਿਕਾਰਯੋਗ ਮੈਂਬਰ ਸਹਿਬਾਨ ਐਗਜ਼ੀਕਟਿਵ ਮੈਂਬਰ ਸਹਿਬਾਨ ਬੈਠੇ ਸਦਾਜ ਮੇਰ ਸਿੰਘ ਜੀ ਖੇੜਾ ਜੀ ਬੜੀ ਸ਼ਿੱਦਤ ਨਾਲ ਇਹ ਇਕੱਲੇ ਨਹੀਂ ਪੂਰਾ ਪਰਿਵਾਰ ਜੁੜਿਆ ਹੋਇਆ ਮੇਰੀ ਇੱਕ ਅਰਜ਼ ਹੈ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਔਰ ਖਾਸ ਕਰਕੇ ਜਥੇਬੰਦੀ ਨੂੰ ਇੱਕ ਬਹੁਤ ਵੱਡਾ ਜਿਹੜਾ ਵਰਕ ਹੈ ਜਿਹੜੀ ਮੈਂ ਅਰਜ਼ ਕਰਨ ਵਾਸਤੇ ਸਿਰਫ ਬੈਠਾ ਥੋੜੇ ਮਿੰਟਾਂ ਲਈ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਕਾਰਜ ਹੈ ਬਹੁਤ ਵੱਡਾ ਕਾਰਜ ਉਹਦੀ ਐਮੀਆਂਤ ਨੂੰ ਸਮਝ ਲਓ ਮੇਰਾ ਸਿਰਫ ਸੁਨੇਹਾ ਹੈ ਇੱਕ ਸੇਵਾਦਾਰ ਹੋਣ ਦੇ ਨਾਤੇ ਜੀ ਆਪਾਂ ਸਾਰੇ ਜਾਣਦੇ ਆ ਸਾਰਾ ਸੰਸਾਰ ਵੇਖ ਰਿਹਾ ਕਿ ਦਿੱਲੀ ਦੀਆਂ ਸੜਕਾਂ ਦੇ ਉੱਤੇ ਜਿਹੜਾ ਜਜ਼ਬਾ ਹੈ ਜਿਹੜਾ ਜੋਸ਼ ਹੈ ਕੁਦਰਤੀ ਹੈ ਠੀਕ ਹੈ ਅਗਵਾਈ ਦੇ ਉੱਤੇ ਸ਼ੱਕ ਨਹੀਂ ਹੈ ਸਾਥ ਸੰਗਤ ਮੁਬਾਰਕ ਜਿਹੜੇ ਵੀਰ ਅੱਗੇ ਲੱਗੇ ਨੇ ਉਹਨਾਂ ਤੇ 100% ਭਰੋਸਾ ਹੈ ਤੇ ਵਾਹਿਗੁਰੂ ਕਰੇ ਉਹ ਸੁੱਚਜੀ ਅਗਵਾਈ ਕਰਨ ਪਰ ਇਹ ਸਚਾਈ ਹੈ ਕਿ ਉੱਥੇ ਜਿਹੜਾ ਜਜ਼ਬਾ ਹੈ ਚਟਾਨਾਂ ਨੂੰ ਤੋੜ ਦੇਣ ਵਾਲਾ ਜਜ਼ਬਾ ਪਹਾੜਾਂ ਨੂੰ چیر ਦੇਣ ਵਾਲਾ ਜਜ਼ਬਾ ਜਿਹੜਾ ਉਹ ਜਜ਼ਬਾ ਹੈ ਸਿੱਖੀ ਦਾ ਹੀ ਹੈ ਜਿਹੜਾ ਜੋਸ਼ ਐਸੀ ਸੀਤ ਦੇ ਅੰਦਰ ਸਥਿਰ ਰੱਖ ਰਿਹਾ ਉਹ ਠੰਡੇ ਬੁਰਜ ਦੇ ਵਾਰਸਾਂ ਦਾ ਹੀ ਜੋਸ਼ ਹੈ ਬਘੇਲ ਸਿੰਘ ਦੇ ਵਾਰਿਸ ਬਣ ਕੇ ਜਿਹੜੇ ਦਿੱਲੀ ਸਰ ਕਰਨ ਗਏ ਨੇ ਅਸੀਂ ਰੋਜ਼ ਅਰਦਾਸਾਂ ਕਰ ਰਹੇ ਹਾਂ ਸਾਰਾ ਪੰਥ ਅਰਦਾਸਾਂ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸਾਂ ਹੋਈਆਂ ਕਿ ਉਹਨਾਂ ਦੀ ਫਤਿਹ ਯਾਬੀ ਲਈ ਉਹਨਾਂ ਦੀ ਸਿਹਤ ਯਾਬੀ ਵਾਸਤੇ ਅਰਦਾਸ ਕਰੋ ਜਿਹੜੀ ਮੈਂ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਜੀ ਮੇਰਾ ਜਿਹੜਾ ਸੁਨੇਹਾ ਹੈ ਬੇਨਤੀ ਹੈ ਜੀ ਹੱਥ ਜੋੜ ਕੇ ਗੁਰੂ ਘਰੇ ਚੜ੍ਹਦੀ ਕਲਾ 'ਚ ਸਾਡੇ ਵੀਰ ਵਾਪਸ ਹੋਣ ਹਟੀਆਂ ਦਾ ਹੱਥ ਟੁੱਟ ਜਾਏ ਹੰਕਾਰੀਆਂ ਦਾ ਹੰਕਾਰ ਟੁੱਟ ਜਾਏ ਵੱਡੇ ਵੱਡਿਆਂ ਦਾ ਟੁੱਟ ਜਾਂਦਾ ਹੁੰਦਾ ਕੋਈ ਗੱਲ ਨਹੀਂ ਪਰੋਸਾ ਸਾਨੂੰ ਗੁਰੂ ਉੱਤੇ ਸਿੱਧਕ ਉੱਤੇ ਭਰੋਸਾ ਹੈ ਤੇ ਜਦੋਂ ਉਹ ਚੜ੍ਹਦੀ ਕਲਾ 'ਚ ਵਾਪਸ ਪਰਤਣ ਉਦੋਂ ਸਾਡਾ ਕਾਰਜ ਸ਼ੁਰੂ ਹੋਣਾ ਹੈ ਉਹ ਬਗੇਲ ਸਿੰਘ ਜੀ ਦੇ ਵਾਰਸਾਂ ਨੂੰ ਕਿਵੇਂ ਪਿਆਰ ਗਲਵੱਕੜੀ ਵਿੱਚ ਲੈਣਾ ਹੈ ਸਾਤ ਸੰਗਤ ਭਾਵੇਂ ਸਰੂਪ ਕਰਕੇ ਕਿਤੇ ਕੋਈ ਕਮਜ਼ੋਰੀ ਵੀ ਹੋਵੇ ਪਰ ਜਦੋਂ ਅਸੀਂ ਉਸ ਜਜ਼ਬੇ ਨੂੰ ਵੇਖਦੇ ਆਂ ਤੇ ਉਹ ਲੱਟ-ਲੱਟ ਬਲ ਰਿਹਾ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੈਦਾ ਕੀਤਾ ਜਜ਼ਬਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਚੜ੍ਹਿਆ ਹੋਇਆ ਰੰਗ ਉਹ ਨਹੀਂ ਉਤਰਦਾ ਫਰਜ਼ ਸਾਡਾ ਸ਼ੁਰੂ ਹੋਣਾ ਕਿ ਅਸੀਂ ਉਹਨਾਂ ਵੀਰਾਂ ਨੂੰ ਕਲਾਵੇ ਚ ਪਿਆਰ ਕਲਾਵੇ ਚ ਕਿਵੇਂ ਲੈਣਾ ਜੀ ਅਸੀਂ ਚੁੱਕ ਗਏ ਯਾਦ ਰੱਖਿਓ ਇਤਿਹਾਸ ਸਾਨੂੰ ਕਦੀ ਮਾਫ ਨਹੀਂ ਕਰੇਗਾ ਵੱਡੀ ਚੁਣੌਤੀ ਹੈ ਕਿ ਉਸ ਜਜ਼ਬੇ ਨੂੰ ਡਾਇਰੈਕਸ਼ਨ ਸਹੀ ਕਿਵੇਂ ਮਿਲੇ ਸਾਰਥਕ ਦਿਸ਼ਾ ਨਿਰਦੇਸ਼ ਕਿਵੇਂ ਮਿਲਣ ਔਰ ਬੜੀ ਇਮਾਨਦਾਰੀ ਦੇ ਨਾਲ ਬੜੀ ਨਿਰਮਲ ਭਾਵਨਾ ਦੇ ਨਾਲ ਮੈਂ ਇੱਕ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਦਾਨਸ਼ਵਰ ਜਿੰਨੇ ਤੁਸੀਂ ਜਿੱਥੋਂ-ਜਿੱਥੋਂ ਆਏ ਹੋ ਸਿੱਖੀ ਦੇ ਅੰਦਰ 7 ਸਾਲ ਦੀਆਂ ਉਮਰਾਂ ਵੀ ਹਕੂਮਤਾਂ ਦੇ ਨਾਲ ਟੱਕਰ ਲੈਣ ਦੀ ਸ਼ਕਤੀ ਰੱਖਦੀਆਂ ਹਨ ਉਮਰਾਂ ਦੇ ਕੋਈ ਤਕਾਜ਼ੇ ਨਹੀਂ ਹਨ ਬਹੁਤ ਬਲ ਵਰਤਦਾ ਹੈ ਕਲਾ ਤੇ ਗੁਰੂ ਦੀ ਵਰਤਨੀਆਂ ਉਹ ਕੀੜੀ ਅੰਦਰ ਵੀ ਵਰਤਾ ਸਕਦੇ ਆ ਤੁਸੀਂ ਰੋਜ਼ ਬਾਣੀ ਪੜਨ ਵਾਲੇ ਪੜਦੇ ਹੋ ਨੀਕੀ ਕੀਰੀ ਮੈਂ ਕਲ ਰੱਖਾ ਭਸਮ ਕਰੈ ਲਸ਼ਕਰ ਕੋਟ ਲੱਖ ਹੈ ਸਾਹਿਬ ਚਾਵੇ ਤੇ ਕੀੜੀ ਦੇ ਅੰਦਰ ਕਲਾ ਵਰਤਾ ਕੇ ਕਰੋੜਾਂ ਦੇ ਲਸ਼ਕਰਾਂ ਨੂੰ ਫਨਾਹ ਕਰਵਾ ਸਕਦੇ ਨੇ ਉਮਰਾਂ ਦੀ ਕੋਈ ਚਿੰਤਾ ਨਾ ਕਰਿਓ ਇੱਕ ਜ਼ਿੰਮੇਵਾਰੀ ਨਿਭਾਓ ਜੇ ਤੁਸੀਂ ਬਾਬਾ ਫਤਿਹ ਸਿੰਘ ਜੀ ਦੇ ਪ੍ਰੇਮ ਵਿੱਚ ਜੁੜੇ ਹੋ ਨਾ ਤੇ ਮੇਰੀ ਅਰਜ਼ ਹੈ ਤੁਹਾਨੂੰ ਜੀ ਆਪਣੇ ਆਪਣੇ ਪਿੰਡ ਆਪਣੇ ਆਪਣੇ ਮੁਹੱਲੇ 'ਚ ਸਿੱਖ ਬੱਚਿਆਂ ਨੂੰ ਜਥੇਬੰਦਕ ਕਰਨ ਦੀ ਜਾਤ ਸਿੱਖੋ। ਬਾਬਾ ਫਤਿਹ ਸਿੰਘ ਜੀ ਦੇ ਵਾਰਸਾਂ ਨੂੰ, ਬਘੇਲ ਸਿੰਘ ਜੀ ਦੇ ਵਾਰਸਾਂ ਨੂੰ, ਮਹਾਰਾਜਾ ਰਣਜੀਤ ਸਿੰਘ ਦੇ ਵਾਰਸਾਂ ਨੂੰ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵੀ ਉਹਨਾਂ ਨੂੰ ਜਥੇਬੰਦਕ ਕਿਵੇਂ ਕਰਨਾ। ਕੋਈ ਚਿੰਤਾ ਨਹੀਂ ਕਿਸ ਨਾਂ ਉਤੇ ਜਥੇਬੰਦੀ ਬਣਦੀ। ਕੋਈ ਚਿੰਤਾ ਨਹੀਂ। ਪਰ ਜ਼ਰੂਰੀ ਹੈ ਕਿ ਹਰ ਮੁਹੱਲੇ ਹਰ ਪਿੰਡ ਦੇ ਅੰਦਰ ਪਾਵੇਂ 5 7 10 20 ਜਿੰਨੇ ਵੀਰ ਨੇ ਗੱਭਰੂ ਖਾਸ ਕਰਕੇ ਚੜ੍ਹਦੀ ਉਮਰ ਦੇ ਉਹਨਾਂ ਨੂੰ ਇਕੱਠਿਆਂ ਕਰਕੇ ਕੁਝ ਨਾ ਕੁਝ ਐਸੀ ਕਾਰ ਦਿਓ ਕਿ ਅਹਿਸਾਸ ਹੋਵੇ ਕਿ ਅਸੀਂ ਵਾਕੇ ਬਾਬਾ ਫਤਿਹ ਸਿੰਘ ਦੇ ਵਾਰਿਸ ਹਾਂ ਜੇ ਆਉਣ ਵਾਲੇ ਸਮੇਂ 'ਚ ਜ਼ਿੰਮੇਵਾਰੀ ਨਿਭਾ ਲਈ ਤੇ ਸਮਝ ਲਓ ਤੁਸੀਂ ਵਕਤ ਦੀ ਨਬਜ਼ ਨੂੰ ਫੜ ਲਿਆ ਭਵੇਖ ਤੁਹਾਡੇ ਸਾਹਮਣੇ ਤੁਹਾਡੇ ਗਲਾਂ 'ਚ ਹਾਰ ਪਾਉਣ ਵਾਸਤੇ ਤਿਆਰ ਹੋਏਗਾ ਤੁਹਾਡੇ ਸੁਪਨੇ ਸাকার ਹੋਣਗੇ ਤੇ ਜੇ ਅਸੀਂ ਆਪਣੀ ਹਉਮੈ ਵਿੱਚ ਕਰਜ ਕਰਜ ਮਰਦੇ ਰਹੇ ਆਪਣੇ ਸਵਾਰਥਾਂ ਦੇ ਵਿੱਚ ਡੁੱਬਦੇ ਰਹੇ ਇਤਿਹਾਸ ਨੇ ਕਦੀ ਸਾਨੂੰ ਮਾਫ਼ ਨਹੀਂ ਹੋ ਕਰਨਾ ਜ਼ਿੰਦਗੀ ਦਾ ਭਰੋਸਾ ਨਹੀਂ ਇਮਾਨਦਾਰੀ ਦੇ ਨਾਲ ਹੁਣ ਤੋਂ ਕਮਰ ਕੱਸੇ ਕਰ ਲੋ ਕਿ ਵੀਰ ਮੋਰਚੇ ਫਤਿਹ ਕਰਕੇ ਆਉਣ ਉਹਨਾਂ ਦੇ ਨਾਲ ਸਹਿਯੋਗ ਕਰੋ ਉਹਨਾਂ ਨੂੰ ਉਹਨਾਂ ਲਈ ਅਰਦਾਸਾਂ ਕਰੋ ਪਰ ਉਹ ਜਿਹੜੇ ਅੱਜ ਜਜ਼ਬੇ ਨਾਲ ਭਰੇ ਹੋਏ ਆ ਉਸ ਮਗਦੇ ਹੋਏ ਲੋਹੇ ਨੂੰ ਸ਼ੇਪ ਕੀ ਦੇਣੀ ਆ ਇਹ ਤੁਹਾਡਾ ਦਾਨਿਆਂ ਦਾ ਕੰਮ ਹੋਣਾ ਚਾਹੀਦਾ ਮੈਂ ਫਿਰ ਬੇਨਤੀ ਕਰਦਾ ਇਹ ਬਹੁਤ ਵੱਡਾ ਕਾਰਜ ਹੈ ਬਹੁਤ ਵੱਡਾ ਜੇ ਕੌਮੀ ਭਵਿੱਖ ਸਵਾਰਨ ਹੈ ਬਾਵਾ ਉਲ ਆਰਕੀਓ ਡੀ ਕੋ ਉਹਨਾਂ ਨੂੰ ਨਫ਼ਰਤ ਵਾਲੀਆਂ ਕੰਧਾਂ ਢਾ ਕੇ ਪਰੇ ਸੁੱਟੋ ਜਿਨ੍ਹਾਂ ਝੇੜਿਆਂ ਦੇ ਅੰਦਰ ਅਸੀਂ ਸੰਸਾਰ ਨੂੰ ਪਾਇਆ ਔਰ ਖਾਸ ਕਰਕੇ ਮੈਂ ਇਹ ਗੱਲ ਨੂੰ ਪ੍ਰਵਾਨ ਕਰਦਾ ਵੀ ਅਸੀਂ ਕਈ ਵਾਰੀ ਤੇ ਗੁਰੂ ਦੀਆਂ ਬਾਤਾਂ ਸੁਣਾਉਣ ਵਾਲਿਆਂ ਨੇ ਜਿਹਨਾਂ ਧੜਿਆਂ ਵਿੱਚ ਕੌਮ ਨੂੰ ਪਾ ਕੇ ਰੱਖ ਦਿੱਤਾ ਮੈਂ ਕਹਿੰਦਾ ਉਹਨਾਂ ਨੂੰ ਵੀਰਾਂ ਕੋਲੋਂ ਸਿੱਖ ਲਈਏ ਜਿਹੜੇ ਧੜੇ ਮੁਕਾ ਕੇ ਅੱਜ ਪ੍ਰੀਮ ਵਿੱਚ ਬੈਠੇ ਐ ਕੌਣ ਕਿੰਨੂੰ ਰੋਟੀ ਖੁਆ ਰਿਹਾ ਪਤਾ ਨਹੀਂ ਲੱਗ ਰਿਹਾ ਅਸੀਂ ਵੀ ਸਿੱਖ ਲਈਏ ਕੁਝ ਧਾਰਮਿਕ ਅਖਵਾਉਣ ਵਾਲੇ ਨਹੀਂ ਤੇ ਇਤਿਹਾਸ ਸਾਨੂੰ ਮਾਫ਼ ਨਹੀਂ ਕਰੇਗਾ ਮੇਰੇ ਮੇਰਾ ਇਹ ਰੋਣਾ ਮੈਂ ਕਥਾ ਕਰਨ ਵਾਸਤੇ ਨਹੀਂ ਬੈਠਾ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਸਿਰ ਰੱਖ ਕੇ ਚਰਨਾਂ ਤੇ ਪੰਥ ਦੇ ਕਹਿੰਦਾ ਉਹ ਤੁਹਾਡੇ ਨੇ ਤੇ ਸਾਂਭ ਲਿਓ ਨਹੀਂ ਤੇ ਅਸੀਂ ਦੋਸ਼ੀ ਹੋਵਾਂਗੇ ਦੂਜੀ ਬੇਨਤੀ ਜਿਹੜੀ ਮੈਂ ਜ਼ਰੂਰੀ ਕਰਨੀ ਚਾਹੁੰਦਾ ਇਹ ਬੋਰਡ ਲੱਗਿਆ ਹੋਇਆ 25 ਦਸੰਬਰ ਸਫਰ-ਏ-ਸ਼ਹਾਦਤ ਦਾ ਮੁਕਾਮ ਇੱਕ ਤੇ ਗੱਲ ਮੈਂ ਸਪਸ਼ਟ ਕਰ ਦਿਆਂ ਕਿ ਸਫਰ ਜਿਹੜਾ ਨਾ ਉਹ ਕਿਸੇ ਦੀ ਮਲਕੀਅਤ ਨਹੀਂ ਹੁੰਦਾ ਜਿਹੜਾ ਸਫਰ ਤੇ ਤੁਰਦਾ ਸਫਰ ਉਹਦਾ ਹੁੰਦਾ ਹੈ ਕਿਸੇ ਦੀ ਮਲਕੀਅਤ ਨਹੀਂ ਹੁੰਦਾ ਕੁਝ ਮੂਰਖ ਲੋਕਾਂ ਨੇ ਮਲਕੀਅਤ ਬਣਾਉਣ ਦਾ ਯਤਨ ਕੀਤਾ ਮਲਕੀਅਤ ਨਹੀਂ ਹੁੰਦਾ ਤੇ ਨਾ ਮਲਕੀਅਤ ਬਣਾਉਣ ਦਾ ਯਤਨ ਕਰੀਏ ਜੇ ਵਾਕਈ ਸਿਰ ਟਲੀ ਤੇ ਰੱਖਣਾ ਤੇ ਤੁਰੋ ਨਾ ਪੰਥ ਤੁਹਾਡੇ ਪਿੱਛੇ ਪਿੱਛੇ ਤੁਰ ਪਏਗਾ 25 ਦਸੰਬਰ ਸਫਰੇ ਸ਼ਹਾਦਤ ਦਾ ਮੁਕਾਮ ਸਹਬਜ਼ਾਦੇ ਪਹੁੰਚ ਜਾਂਦੇ ਆ ਜੀ वैसे वो कैलेंडर ਦੇ ਹਿਸਾਬ ਨਾਲ ਇਸ ਵਾਰੀ 24 ਆ ਗਿਆ ਕੋਈ ਗੱਲ ਨਹੀਂ ਪਰ 25 ਦਸੰਬਰ ਨੂੰ ਸਾਬ ਜਾਦੇ ਠੰਡੇ ਬੁਰਜ ਦੇ ਵਿੱਚ ਸਨ ਪਹਿਲੀ ਪੇਸ਼ਰੀ ਹੋਈ ਇਹ ਵੀ ਸਾਡੇ ਸਾਹਮਣੇ ਚੁਣੌਤੀ ਹੈ ਸੋਚ ਛੋਟੀ ਕਰਕੇ ਨਹੀਂ ਵੱਡੀ ਕਰਕੇ ਸੋਚਿਓ ਗੱਲ ਸਿਰਫ ਕਥਾ ਸੁਣਾਉਣ ਦੀ ਨਹੀਂ ਹੈ ਕਿ ਮੈਨੂੰ ਬਾਣੀ ਕਿੰਨੀ ਕੰਠ ਹੈ ਮੈਨੂੰ ਇਤਿਹਾਸ ਕਿੰਨਾ ਕੰਠ ਹੈ ਮੈਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਕੰਠ ਹੈ ਪਰ ਇਹ ਵੇਖੀਏ ਕਿ ਉਸ ਰੋਸ਼ਨੀ ਵਿੱਚ ਅਸੀਂ ਆਪਣਾ ਭਵਿੱਖ ਕਿਵੇਂ ਸਵਾਰਦੇ ਹਾਂ ਪੱਗਾਂ ਵਾਲਿਓ ਨਿੱਕੇ ਜਿਹੇ ਬੱਚੇ ਨੂੰ ਵੀ ਪੁੱਛ ਲਓ ਨਾ ਮੈਨੂੰ ਕਿਉਂਕਿ ਸਾਨੂੰ ਪਤਾ ਨਾ ਆਪਣੇ ਬਚਪਨ ਦਾ ਸਾਨੂੰ 25 ਦਸੰਬਰ ਦੀ ਛੁੱਟੀ ਦਾ ਬੜਾ ਚਾਹ ਹੁੰਦਾ ਸੀ ਤੇ ਜਦੋਂ 25 ਦਸੰਬਰ ਬਾਰੇ ਪਤਾ ਵੀ ਨਹੀਂ ਸੀ ਨਾ ਛੁੱਟੀ ਕਾਦੀ ਹੁੰਦੀ ਆ ਤੇ ਪਤਾ ਨਹੀਂ ਕਿੱਥੋਂ ਸਾਡੇ ਦਿਮਾਗ ਵਿੱਚ ਇਹ ਗੱਲ ਪਾ ਦਿੱਤੀ ਹੋਈ ਸੀ ਅੱਜ ਵੱਡਾ ਦਿਨ ਹੈ ਫਿਰ ਪਤਾ ਲੱਗਿਆ ਵੀ ਕ੍ਰਿਸਮਸ ਹੈ ਕ੍ਰਿਸਮਸ ਵੱਡਾ ਦਿਨ ਹੈ ਮੁਬਾਰਕ ਦਿਈ ਸਾਈ ਵੀਰਾਂ ਨੂੰ ਕੋਈ ਨਫ਼ਰਤ ਨਹੀਂ ਕਿਸੇ ਨਾਲ ਉਹਨਾਂ ਨੂੰ ਮੁਬਾਰਕਾਂ ਦਿਓ ਖੁਸ਼ੀਆਂ ਸਾਂਝੀਆਂ ਕਰੋ ਮੁਸਲਮਾਨ ਵੀਰਾਂ ਨੂੰ ਈਦ ਦੀ ਮੁਬਾਰਕ ਦਿਓ ਹਿੰਦੂ ਵੀਰਾਂ ਨੂੰ ਮੁਬਾਰਕ ਦਿਓ ਬਿਲਕੁਲ ਸਾਰਿਆਂ ਨਾਲ ਪਿਆਰ ਵੰਡੋ ਜਰੂਰ ਪਤਾ ਹੋਣਾ ਚਾਹੀਦਾ ਹੈ ਕੋਈ ਕੋਈ ਨਫ਼ਰਤ ਨਹੀਂ ਪਰ ਘਟੋ ਘਟ ਆਪਣੇ ਬੱਚਿਆਂ ਨੂੰ ਦੱਸ ਦਿਓ ਕਿ 25 ਦਸੰਬਰ ਸਾਡੇ ਲਈ ਏਡਾ ਵੱਡਾ ਦਿਨ ਹੈ ਕਿ ਸਾਡੇ ਵੱਡੀ ਕਰਨੀ ਵਾਲੇ ਬਾਬੇ ਹੰਡੇ ਬੁਰਜ ਵਿੱਚ ਬੈਠ ਕੇ ਕੌਮ ਦੀਆਂ ਨੀਹਾਂ ਮਜ਼ਬੂਤ ਕਰ ਰਹੇ ਸਨ ਇਹ ਦੱਸਣਾ ਫਰਜ਼ ਸਮਝ ਲਿਓ ਇਹ ਟੀਵੀ ਚੈਨਲ ਵੀ ਸਾਰੇ ਦੁਨੀਆ ਭਰ ਵਿੱਚ ਆਵਾਜ਼ ਪਹੁੰਚਾ ਰਹੇ ਐ ਔਰ ਮੈਂ ਵੇਖਿਆ ਜੀ ਉੱਥੇ ਸਾਡੇ ਬੱਚੇ ਸੈਲੀਬ੍ਰੇਟ ਕਰਦੇ 크ਿਸਮਸ ਨੂੰ ਪੱਬਾਂ ਤੇ ਕਲੱਬਾਂ ਚ ਗਵਾਜਗੇ ਮੈਂ ਦੋਸ਼ ਨਹੀਂ ਮੜ ਰਿਹਾ ਇੱਥੇ ਵੀ ਕਿੰਨੇ ਕਿ ਚੇਤਨ ਛੁੱਟੀ ਦੀ ਖੁਸ਼ੀ ਮਨਾਈ ਜਾ ਰਹੇ ਆ 25 ਦਸੰਬਰ ਨੂੰ ਨੀਹਾਂ ਮਜ਼ਬੂਤ ਕਰਨ ਵਾਲੇ ਬਾਬੇ 9 ਤੇ 7 ਸਾਲ ਦੇ ਜ਼ਿੰਦਗੀ ਕੁਰਬਾਨ ਕਰਨ ਲਈ ਸ਼ਹਾਦਤ ਦੀ ਸਰਦਲ ਤੇ ਖੜੇ ਆ। ਉਹਨਾਂ ਨੇ ਕੱਲ ਨੂੰ ਪਰਸੋਂ ਨੂੰ ਗਲੇ ਕੱਟੇ ਜਾਣੇ ਨੇ। ਉਹਨਾਂ ਦੀਆਂ ਸਾਰ ਰਗਾਂ ਵੱਡੀਆਂ ਜਾਣੀਆਂ ਨੇ। ਉਹਨਾਂ ਦੇ ਜਿਸਮ ਹਿੱਲ ਰਹੇ ਹੋਣਗੇ, ਤੜਪ ਰਹੇ ਹੋਣਗੇ। ਖੂਨ ਵਿੱਚ ਲੱਤ-ਪੱਤ ਸਰੀਰ ਪਏ ਹੋਣਗੇ ਉਸ ਰਾਹ ਉੱਤੇ ਮੁਸਾਫਰ ਤੁਰੇ ਹੋਏ ਆ ਤੇ 25 ਦਸੰਬਰ ਨੂੰ ਠੰਡੇ ਬੁਰਜ ਵਿੱਚ ਮਾਂ ਗਲਣਾ ਲਾ ਕੇ ਤਿਆਰੀ ਕਰਵਾ ਰਹੀ ਐ ਮਾਂ ਤੂੰ ਵੀ ਤਿਆਰੀ ਕਰਵਾ ਨਾ 25 ਦਸੰਬਰ ਨੂੰ ਜਿਹੜਾ 크리스마ਸ ਮਨਾਉਣ ਲਈ ਤੁਰਿਆ ਉਹਦੀ ਤਿਆਰੀ ਕਰਵਾ ਆਤ ਨੂੰ ਮੈਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਰੇ ਦੱਸਾਂ ਇੱਕ ਸਲੋਗਨ ਦਿੱਤਾ ਦੁੱਲੇ ਲਹੂ ਦੀ ਵੰਗਾਰ ਸਾਡਾ ਵਿਰਸਾ ਸਾਡਾ ਪ੍ਰਵਾਹ ਸੱਚ ਪੁੱਛੋ ਤੇ ਇੱਕ ਸ਼ੀਸ਼ਾ ਆ ਇੱਕ ਸ਼ੀਸ਼ਾ ਹੈ ਮੈਂ ਬੇਨਤੀ ਕਰਾਂਗਾ ਸੋਨੂ ਵੀਰ ਜੀ ਨੂੰ ਕਿ ਇਹ ਜਿਹੜਾ slogan ਹੈ ਨਾ ਵਾਕਈ ਸ਼ੀਸ਼ੇ ਦੇ ਉੱਤੇ ਲਿਖ ਕੇ ਦੇਣ ਤਾਂ ਕਿ ਜਿਹੜਾ ਇਹਨੂੰ ਆ ਕੇ ਪੜੇ ਉਹ ਸ਼ੀਸ਼ੇ 'ਚ ਘੱਟੋ-ਘੱਟ ਆਪਣਾ ਚਿਹਰਾ ਵੀ ਵੇਖੇ ਨਾਲ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਏ ਸਾਡੀਆਂ ਧੀਆਂ ਬੱਚੀਆਂ ਵੇਖਣ ਕਿ ਸਾਡਾ ਵਿਰਸਾ ਕੀ ਸੀ ਤੇ ਮੇਰੇ ਕਿਤੇ ਪਰਵੱਟੇ ਕੱਟੇ ਤੇ ਨਹੀਂ ਹੋਏ ਹੈਨਾ ਇਹੀ ਤੇ ਨਾ ਸਿਲ ਕਰਨੇ ਇਸ ਸ਼ੀਸ਼ੇ ਦੇ ਵਿੱਚ ਕਿ ਸਾਡਾ ਵਿਰਸਾ ਕੀ ਹੈ ਤੇ ਸਾਡਾ ਪਰਿਵਾਰ ਕਿੱਥੇ ਖੜਾ ਹੈ ਪਰਿਵਾਰ ਕਬਰਾਂ ਨੂੰ ਤੁਰ ਪਿਆ ਪਰਿਵਾਰ ਨਸ਼ਿਆਂ ਨੂੰ ਜੇ ਤੁਰ ਪਿਆ ਪਰਿਵਾਰ ਨਾਈ ਦੀ ਦੁਕਾਨ ਨੂੰ ਤੁਰ ਪਿਆ ਪਰਿਵਾਰ ਕਰਮਕਾਂਡ ਨੂੰ ਤੁਰ ਪਿਆ ਤੇ ਵਿਰਸੇ ਵੱਲ ਪਿੱਠ ਕਰ ਲਵਾਂਗੇ ਕਿਵੇਂ ਬਖਸ਼ੇ ਜਾਵਾਂਗੇ ਅਸੀਂ ਜੀ ਇਹ ਲੇਖੇ ਜੋਖੇ ਦੇ ਦਿਨ ਨੇ ਜੀ ਇਹ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਲੇਖਾ ਜੋਖਾ ਕਰਨ ਦੇ ਦਿਨ ਨੇ ਗੁਰ ਸਿੱਖੋ ਕਿ ਆ ਤੈਂ ਖੱਟਿਆ ਕਹਾਂ ਗਵਾਇਆ ਮੈਂ ਕਥਾ ਕਰਨ ਵਾਸਤੇ ਨਹੀਂ ਬੈਠਾ ਮੇਰੀ ਬੇਨਤੀ ਇੱਕ ਸਿਰਫ ਸੁਨੇਹਾ ਸਾਡਾ ਵਿਰਸਾ ਕੀ ਹੈ ਤੇ ਸਾਡਾ ਇਹ ਥੋੜਾ ਜਿਹਾ ਤੇ ਲੇਖਾ ਕਰਿਓ ਨਾ ਤੇ ਸ਼ਾਇਦ ਕਦੇ ਬੱਚੇ ਵੀ ਪੁੱਛ ਲੈਣ ਮਾਂ ਤੈਨੂੰ ਤੇ ਅਸੀਂ ਕਿਸੇ ਹੋਰ ਪਾਸੇ ਜਾਂਦਿਆਂ ਵੇਖਿਆ ਸੀ ਸ਼ਨੀਵਾਰ ਵੀਰਵਾਰ ਐਤਵਾਰ ਵੀ ਵਿਰਸਾ ਤੇ ਤੂੰ ਮਾਂ ਗੁਜਰੀ ਵਾਲਾ ਦੱਸ ਰਹੀ ਹੈ ਤੇਰੇ ਤੇ ਸਿਰਪੀੜ ਹੋਈ ਤੂੰ ਝਾੜੇ ਫਾਂਡਿਆਂ ਨੂੰ ਤੁਰ ਪਈ ਸੀ ਇੱਥੇ ਤੇ ਸਿਰ ਕਟਾਉਣ ਵਾਲਿਆਂ ਦਾ ਵਿਰਸਾ ਹੈ 25 ਦਸੰਬਰ ਨੂੰ ਸਾਰੇ ਜਿੰਨੇ ਤੁਸੀਂ ਗੁਰਸੇਖਾਏ ਹੋ ਜਿੱਥੋਂ-ਜਿੱਥੋਂ ਆਏ ਹੋ ਆਪਣੇ ਮੁਹੱਲੇ 'ਚ ਭਾਵੇਂ ਦੋ ਬੱਚੇ ਨੇ ਨਾ ਉਹਨਾਂ ਨੂੰ ਜੋੜ ਕੇ ਭਾਵੇਂ ਛੋਟਾ ਜਿਹਾ ਕੇਸਰੀ ਪਰਨਾ ਹੀ ਉਹਨਾਂ ਦੇ ਸਿਰ ਤੇ ਸਜਾਇਓ ਤੇ ਉਹਨਾਂ ਨੂੰ ਦੱਸਿਓ ਤੁਸੀਂ ਵਾਰਿਸ ਬਾਬਾ ਫਤਿਹ ਸਿੰਘ ਦੇ ਹੋ ਜਿਹੜੇ ਪਰਿਵਾਰ ਇੱਕ ਹੋਰ ਬੇਨਤੀ ਜੀ ਧਿਆਨ ਨਾਲ ਸੁਣਿਓ ਜਿਹੜੇ ਪਰਿਵਾਰ ਦੋ-ਦੋ ਤਿੰਨ-ਤਿੰਨ ਪੀੜੀਆਂ ਤੋਂ ਸਿੱਖੀ ਤੋਂ ਦੂਰ ਹੋ ਗਏ ਆ ਉਹਨਾਂ ਨੂੰ ਵੀ ਕਹਿਓ ਕੋਈ ਗੱਲ ਨਹੀਂ ਤੁਸੀਂ ਭਾਵੇਂ ਕਲੀਨ ਸ਼ੇਵਿਓ ਇੱਕ ਵਾਰੀ ਆਓ ਆਪਣੇ ਚਿਹਰੇ ਨੂੰ ਸ਼ੀਸ਼ੇ 'ਚ ਤੱਕ ਕੇ ਸਿਰ ਤੇ ਇੱਕ ਵਾਰੀ ਦਸਤਾਰ ਸਜਾ ਲੋ ਤੁਸੀਂ ਬਾਬਾ ਫਤਿਹ ਸਿੰਘ ਦੇ ਵਾਰਿਸ ਹੋ ਸ਼ਾਇਦ ਮੋੜਾ ਪੈ ਜਾਏ ਜਿੰਨੀ ਦੇਰ ਪ੍ਰੈਕਟੀਕਲ ਵਰਕ ਨਹੀਂ ਸ਼ੁਰੂ ਕਰਦੇ ਗੱਲਾਂ ਨਾਲ ਕੱਖ ਨਹੀਂ ਜੇ ਬਣਨਾ ਜੀ ਜਿੰਨੀਆਂ ਮਰਜ਼ੀ ਵੱਡੀਆਂ ਸਟੇਜਾਂ ਲੱਗ ਜਾਣ ਜਿੰਨੇ ਮਰਜ਼ੀ ਵੱਡੇ ਇਕੱਠ ਹੋ ਜਾਣ ਅਸੀਂ ਸੰਤੁਸ਼ਟ ਹੋ ਜਾਾਂਗੇ ਸਾਡਾ ਪ੍ਰੋਗਰਾਮ ਸਫਲ ਹੋ ਗਿਆ ਨਹੀਂ ਹੋਇਆ ਕੁਝ ਵੀ ਅਸੀਂ ਕੋਈ ਲੰਗਰ ਦੇ ਸਵਾਦ ਨਾਲ ਸੰਤੁਸ਼ਟ ਹੋ ਗਿਆ ਕੋਈ ਪਬਲਿਕ ਵੇਖ ਕੇ ਸੰਤੁਸ਼ਟ ਹੋ ਗਿਆ ਕੋਈ ਸਮਾਂ ਲੈ ਕੇ ਸੰਤੁਸ਼ਟ ਹੋ ਗਿਆ ਮੈਨੂੰ 45 ਮਿੰਟ ਕਿਉਂ ਦਿੱਤੇ ਮੈਨੂੰ 50 ਮਿੰਟ ਕਿਉਂ ਨਹੀਂ ਦਿੱਤੇ ਕਿਸ ਨਗੂਣੀ ਸੋਚ ਵਿੱਚ ਪਏ ਹੋਇਆ ਜੀ ਇਹ ਵੇਖੀਏ ਅਸੀਂ ਪ੍ਰੈਕਟੀਕਲ ਕੀ ਕਰ ਰਹੇ ਹਾਂ ਮੇਰੀ ਮੇਰੀ ਮਜਬੂਰੀ ਕਿ ਮੈਨੂੰ ਸਟੇਜ ਲੱਗੀ ਚਾਹੀਦੀ ਹੈ ਮੈਂ ਆਵਾਂ ਕਥਾ ਕਰਾਂ ਟੌਰ ਨਾਲ ਵਾਪਸ ਚਲੇ ਜਾਵਾਂ ਸਟੇਜ ਬਣਾਉਣ ਦਾ ਯਤਨ ਕਰੀਏ ਜੀ ਗਲਵੱਕੜੀ ਚ ਲੈ ਕੇ ਸਾਰਿਆਂ ਨੂੰ ਤੋ 25 ਦਸੰਬਰ ਨੂੰ ਕਹੋ ਅਸੀਂ ਆਪਣੇ ਪਰਿਵਾਰ ਦਾ ਲੇਖਾ ਜੋਖਾ ਕਰਨਾ ਤੇ ਬੱਚਿਆਂ ਨੂੰ ਦੱਸਣਾ ਕਿ ਠੀਕ ਹੈ ਮੁਬਾਰਕ ਦਿਓ ਸਾਥੀਆਂ ਨੂੰ 크리스마ਸ ਦੀ ਪਰ ਅੱਜ ਵੱਡਾ ਦਿਨ ਹੈ ਅੱਜ ਵੱਡੇ ਸਾਕੇ ਕਰਨ ਵਾਲੇ ਠੰਡੇ ਬੁਰਜ ਵਿੱਚ ਮੌਤ ਦੀ ਸਰਦਲ ਤੇ ਬੈਠ ਕੇ ਕੌਮ ਦਾ ਇਤਿਹਾਸ ਲਿਖ ਰਹੇ ਹੈ ਕਰੋਨਾ ਯਤਨ ਕਰੋ ਬੱਚੇ ਘਰ ਘਰ ਜਾ ਕੇ ਕਦੀ ਕਿਸੇ ਪ੍ਰਬੰਧਕ ਕਮੇਟੀ ਨੇ ਯਤਨ ਕੀਤਾ ਮੈਂ ਮਹੱਲੇ 'ਚ ਬੱਚੇ ਇਕੱਠੇ ਕਰਕੇ ਲਿਆਉਣੇ ਇਹ ਉਦਦਮ ਕਰਨੇ ਪੈਣੇ ਸਾਧ ਸੰਗਤ ਸਾਨੂੰ ਗਰਾਉਂਡ ਲੈਵਲ ਤੇ ਸਾਰੇ ਆਪਣੀਆਂ ਨਾ ਪਦਵੀਆਂ ਦੇ ਸ਼ੋਰਤਾਂ ਦੇ ਪ੍ਰਭਤਾ ਦੇ ਇਹ ਸਾਰੇ ਦਾਵੇ ਮੁਕਾ ਕੇ ਉਦਦਮ ਸਾਨੂੰ ਕਰਨੇ ਪੈਣੇ। ਤੋਂ ਤੁਹਾਡੇ ਚਰਨਾਂ 'ਚ ਕੁਝ ਬੇਨਤੀਆਂ ਨੇ। ਜਥੇ ਬੰਦਕ ਕਰਨਾ ਨਾ ਭੁੱਲਿਓ ਉਹ ਵੀਰਾਂ ਨੇ ਆਉਣਾ ਦਿੱਲੀ ਫਤਿਹ ਕਰਕੇ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਉਹ ਜੋਸ਼ ਅਜਾਈ ਨਾ ਚਲਿਆ ਜਾਵੇ। ਜਾਂ ਉਸ ਜੋਸ਼ ਨੂੰ ਕਿਸੇ ਨੇ ਮਾੜਾ ਜਿਹਾ ਰਸਤਾ ਬਦਲ ਦਿੱਤਾ ਨਾ ਤੇ ਕਿਤੇ ਨਾਸਤਿਕਤਾ ਦੀ ਨਦੀ ਚ ਨਾ ਡੁੱਬ ਜਾਣਾ ਜ਼ਰੂਰੀ ਹੈ ਗੁਰ ਸਿੱਖੋ ਜਦੋਂ ਮੈਂ ਤਰਲਾ ਲੈ ਰਿਆਂ ਉਹ ਸਮਝ ਲਿਓ 15 ਤਰੀਕ ਨੂੰ ਪਰਸੋਂ ਸੰਗਰਾਮ ਇੱਕ ਪੋ ਇੱਕ ਪੋ ਕਰਕੇ ਸੰਗਰਾਮ ਕਰਕੇ ਨਹੀਂ ਕਹਿ ਰਿਹਾ ਇੱਕ ਪੋ ਤੇ ਠੀਕ 13 ਦਿਨਾਂ ਬਾਅਦ ਸ਼ਹੀਦੀ ਉਹ ਸ਼ਹੀਦੀ 15 ਵਾੜਾ ਜਿਹੜਾ ਨਾ ਕਿਉਂਕਿ ਸੰਗਤ ਰਾਤ ਨੂੰ ਆਉਂਦੀ ਹੁੰਦੀ ਸੀ ਤੇ ਅਸੀਂ ਰੂਟੀਨ ਚ ਸਮਾਪਤੀ ਕਰ ਦਿੰਦੇ ਹੁੰਦੇ ਸੀ ਤੋ ਵੈਗੁਰੂ ਜੀ ਨੇ ਬਾਲ ਦਿੱਤਾ ਗੁਰੂ ਘਰ ਦੇ ਪ੍ਰਬੰਧਕਾਂ ਨੇ ਫੈਸਲਾ ਜਿਹੜਾ ਕੀਤਾ ਹੋਇਆ ਰੋਜ਼ ਤਿੰਨ ਜਥੇ ਆਮ ਕੀਰਤਨ ਤੋਂ ਐਕਸਟਰਾ ਰੋਜ਼ ਲੱਗਦੇ ਦਰਬਾਰ ਸਾਹਿਬ ਜੀ ਦੇ ਕੀਰਤਨੀ ਜਥੇ ਰੋਜ਼ ਆਉਣੇ ਤੇ ਲਾਹੇ ਲੈਣੇ ਆਨੰਦ ਲੈਣਾ ਉਹ ਬੜਾ ਇੱਕ ਸ਼ਾਂਤ ਜਾਂ ਰਸ ਲੈਣ ਵਾਲਾ ਸਮਾਗਮ ਹੁੰਦਾ ਹੈ ਖੁੰਝਿਆਂ 'ਚ ਬੈਠ ਕੇ ਸਿੱਖ ਰਸ ਪੀਰੇ ਹੁੰਦੇ ਆ ਵਿਰਾਗ ਵਿੱਚ ਕੀਰਤਨੀਆਂ ਵੀ ਆਨੰਦ ਲੈ ਕੇ ਜਾਂਦੇ ਆ ਉਹ ਪਰਸੋਂ ਤੋਂ ਇੱਕ ਪੋਤ 15ਵਾਂ ਵੜਾ ਸ਼ੁਰੂ ਹੋ ਜਾਣਾ ਫਿਰ ਉਸ ਤੋਂ ਬਾਅਦ ਜਿਹੜੇ ਸ਼ਹੀਦੀ ਤਰੀਕੇ ਨੇ ਨੋਟ ਕਰ ਲਿਓ 27 ਤਰੀਕ ਨੂੰ ਨਗਰ ਕੀਰਤਨ ਹੈ 25 26 27 ਦੀ ਤੇ ਜਿਹੜਾ ਸਫਰ ਆਰੰਭ ਹੁੰਦਾ ਮਾਨ ਜੀ ਦਾ ਤੇ ਲਾਲਾ ਦਾ ਪਰਿਵਾਰ ਨਾਲੋਂ ਵਿਛੜ ਕੇ ਉਹ 21 ਦਸੰਬਰ 7 ਪੋ ਦੀ ਸ਼ਾਮ ਬਾਬੇ ਕੁੰਮੇ ਮਾਸਕੀ ਦੀ ਸ਼ਾਨ 8 ਪੋ ਨੂੰ 22 ਦਸੰਬਰ ਸਿਹੜੀ ਪਿੰਡ ਪ੍ਰਬੰਧ ਸਾਰੇ ਸਾਡੇ ਸਤਿਕਾਰਯੋਗ ਸਾਡੇ ਆਗੂ ਬਣ ਕੇ ਜਿਹੜੇ ਨਾਲ ਤੁਰਦੇ ਸਾਰਿਆਂ ਸਾਨੂੰ ਡਾਇਰੈਕਸ਼ਨ ਜੇ ਦੇ ਕੇ ਸਤਕਾਰਯੋਗ ਖੇੜਾ ਸਾਹਿਬ ਉਹ ਕਰ ਰਹੇ ਨੇ ਉੱਥੇ ਸਾਰਾ ਔਰ ਜਿੱਥੇ-ਜਿੱਥੇ ਸਾਡੇ ਕੋਲ ਕੋਈ ਕੋਤਾਈ ਹੁੰਦੀ ਹੈ ਸਾਨੂੰ ਮੱਤ ਦੇ ਕੇ ਤੋੜ ਲੈਂਦੇ ਆ ਉਸ ਤੋਂ ਬਾਅਦ ਫਿਰ 9 ਪੋ ਨੂੰ 23 ਦਸੰਬਰ ਕੋਤਵਾਲੀ ਸਾਹਿਬ ਜਿੱਥੇ ਲਾਲ ਕੈਦ ਹੋਏ ਮਾਂਜੀ ਸਾਹਿਬ ਤੇ ਫਿਰ 24 ਦਸੰਬਰ ਨੂੰ ਠੰਡੇ ਬੁਰਜ ਦੀ ਸਰਦਲ ਤੇ ਬੈਠਣਾ ਤੇ ਅਹਿਸਾਸ ਵੀ ਮਾਂਜੀ ਇਕੱਲੇ ਨਹੀਂ ਚੱਲੇ ਅੱਜ ਪੰਥ ਤੁਹਾਡੇ ਨਾਲ ਚੱਲ ਰਿਹਾ ਬਹੁਤ ਡੂੰਘੇ ਅਹਿਸਾਸ ਨੇ ਫਰਜ਼ ਨਿਭਾ ਲਈਏ ਗੁਰੂ ਕੋਲੋਂ ਵੀ ਸੁਰਖਰੂ ਹੋਵਾਂਗੇ ਤੇ ਆਪਣੀ ਵੀ ਜ਼ਮੀਰ ਜਿੰਦਾ ਰਹੇਗੀ ਤੇ ਜੇ ਕਰੇਜ ਦੇ ਰਹਿ ਗਏ ਨਾ ਲੜਦੇ ਹੀ ਰਹਿ ਗਏ ਖਿੱਚਦੇ ਹੰਕਾਰ ਹੀ ਰਹਿ ਗਏ ਗੁਰੂ ਤੋਂ ਵੀ ਜਾਵਾਂਗੇ ਤੇ ਜ਼ਮੀਰ ਵੀ ਲਾਂਤਾਂ ਪਾਏਗੀ ਸੋ ਆਓ ਸਾਬ ਨੇ ਸਾਨੂੰ ਮੌਕਾ ਦਿੱਤਾ ਕੁਝ ਕਰੀਏ ਖੁਸ਼ੀਆਂ ਲਈਏ ਗੁਰੂ ਦੀਆਂ ਤੁਹਾਨੂੰ ਮੁਬਾਰਕ ਬਹੁਤ-ਬਹੁਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਨਿਹਾਲ ਕਰਕੇ ਭਾਈ ਲਖਵਿੰਦਰ ਸਿੰਘ ਜੀ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਹੁਣ ਭਾਈ ਤਰਸੀਮ ਸਿੰਘ ਜੀ ਕੁਹਾੜਕਾ ਜੀ ਖਿਮਾ ਕਰਨਾ ਜੀ ਭਾਈ ਸਤਨਾਮ ਸਿੰਘ ਜੀ ਕੁਹਾੜਕਾ ਜੀ ਇਹ ਸਾਰੇ ਵੀਰ ਸਫਰੇ ਸ਼ਹਾਦਤ ਕਾਫਲੇ ਦਾ ਬਹੁਤ ਅਹਿਮ ਅੰਗ ਨੇ ਜੀ ਬਹੁਤ ਅਹਿਮ ਐ ਸਮਰਪਤ ਹੋ ਕੇ ਸਾਰੇ-ਸਾਰੇ ਦਿਨ ਪਰਿਵਾਰਾਂ ਨੂੰ ਨਾਲ ਲੈ ਕੇ ਜੀ ਇਹਨੂੰ ਜਜ਼ਬਾ ਕਹਿੰਦੇ ਆ ਇਹਨੂੰ ਆਤਮਿਕ ਆਨੰਦ ਕਹਿੰਦੇ ਆ ਇੱਥੇ ਕੋਈ ਨਾਂ ਨਹੀਂ ਚਮਕਾਇਆ ਜਾਣਾ ਸਰ ਸੰਗਤ ਮੇਰੀ ਬੇਨਤੀ ਆ ਉਸ ਭਾਵਨਾ ਨੂੰ ਕਾਇਮ ਰੱਖਿਓ ਕਿਤੇ ਉਹ ਭਾਵਨਾ ਨਾ ਖਤਮ ਹੋ ਜਾਏ ਬੜਾ ਖਤਰਾ ਵੀ ਹੈ ਤੇ ਮਹਾਰਾਜ ਦਇਆ ਕਰਨ ਬਖਸ਼ਿਸ਼ ਕਰਨ ਅੰਗ ਸੰਗ ਸਹਾਈ ਹੋਣ ਤੁਹਾਨੂੰ ਮੁਬਾਰਕ ਤੁਸੀਂ ਆਇਓ ਭਾਈ ਸਾਹਿਬ ਜੀ ਤੋਂ ਬਾਅਦ ਸਿੱਖ ਕੌਮ ਦੇ ਸ਼ਰੋਮਣੀ ਕਥਾਵਾਚਕ ਆਦਰਯੋਗ ਵਾਹਿਗੁਰੂ ਉਹਨਾਂ ਨੂੰ ਸਿਹਤਯਾਬੀ ਬਖਸ਼ੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਨੇ ਨਾਲ ਸਹਿਯੋਗ ਕਰਨਾ ਅਸੀਂ ਉਹਨਾਂ ਦੀ ਸਿਹਤ ਢਿੱਲੀ ਤੋਂ ਆਪਾਂ ਪਹਿਲਾਂ ਵੀ ਉਸ ਦਿਨ ਕਿਹਾ ਸੀ ਮੈਂ ਕਿ ਅਰਦਾਸ ਕਰਿਓ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਸਤਿਗੁਰੂ ਜੀ ਸਿਹਤ ਯਾਭੀ ਬਖਸ਼ਣ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਭਾਈ ਸਤਨਾਮ ਸਿੰਘ ਜੀ ਹੋਰਾਂ ਤੋਂ ਬਾਅਦ ਕਥਾ ਦੀ ਸੇਵਾ ਨਿਭਾਉਣਗੇ ਤੁਸੀਂ ਆਨੰਦ ਲੈਣਾ ਜੀ ਇਦਾਂ ਸਜੇ ਰਹਿਣਾ ਆਪ ਭਾਈ ਸਾਹਿਬ ਜੀ ਮੈਂ ਸਮਾਂ ਲੈ ਲਿਆ ਮੈਂ ਮਾਫੀ ਚਾਹੁੰਦਾ ਤੁਹਾਡੇ ਕੋਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਫੇਰ ਗੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ